ਕੰਮ ਉਰਦੂ ਚ ਆਈ, ਥੋੜਿਆਂ ਨੂੰ ਸਮਝ ਨਹੀਂ ਆਈ ਹੋਣੀ, ਮੈਂ ਇਹਦੀ ਹੁਣ ਤਸ਼ਰੀਹ ਕਰ ਦਿੰਦਾ। ਕਦੀ ਵੇਖਿਆ ਨਾ ਸ਼ਾਮ ਨੂੰ ਵੀ ਕਿਸੇ ਕਾਂ ਦੇ ਪੰਜੇ ਵਿੱਚ ਕੋਈ ਛਾਪਰ ਫਰੂਟ ਵਾਲਾ ਹੋਵੇ? ਹਾਏ ਹਾਏ ਹਾਏ, ਨਹੀਂ ਪਹੁੰਚੇ। ਜਾਂ ਕਿਸੇ ਕੋਈ ਪਰਿੰਦੇ ਨਾਲ ਰੋਟੀਆਂ ਚਾਹੀਆਂ ਹੋਵੇਣ, ਕੱਲ ਖਾਸਾ ਇਹ ਜਦੋਂ ਵੀ ਭੁੱਖ ਤੇ ਮਰਿਆ ਹੈ, ਬੰਦਾ ਹੀ ਮਰਿਆ ਹੈ। ਮਿਲ ਕੇ ਬੋਲੋ ਹੈਦਰੀ। ਇੱਕ ਇਨਸਾਨ ਹੀ ਹੈ ਜਿਹੜਾ ਰੋਟੀ ਵਾਸਤੇ ਮਾਰਾ ਮਾਰਾ ਫਿਰ ਰਿਹਾ ਹੈ, ਰਿਜ਼ਕ ਦਾ ਵਾਅਦਾ ਉਸ ਕੀਤਾ ਹੈ ਜਿਸ ਪੈਦਾ ਕੀਤਾ ਹੈ, ਜਿਸ ਖਲ ਕੀਤਾ ਹੈ, ਰੋਟੀ ਦਾ ਵਾਅਦਾ ਵੀ ਉਸ ਰੱਬ ਦਾ ਹੈ ਤੇ ਦੇ ਰਿਹਾ ਹੈ। ਕੋਰੋਨੇ ਵਿੱਚ ਜੋ ਬੰਦਿਆਂ ਕੰਮ ਨਹੀਂ ਕੀਤਾ ਤੇ ਮੁੜ ਭੁੱਖੇ ਮਰ ਗਏ, ਬਲਕਿ ਬਹਿ ਕੇ ਖਾਧਾ ਨੇ। ਮੇਰੇ ਸ਼ੀਆ ਸੁਨੀ ਜਵਾਨੋ, ਯਾਦ ਰੱਖਾ ਏ, ਇਹ ਰੱਬ ਦਾ ਕਰਮ ਏ। ਬੱਕਰੀ ਏ, ਗਾਂ ਏ, ਮੱਝ ਏ, ਘੋੜਾ ਏ, ਹਸ਼ਰਾਤੁਲ ਅਰਜ਼ ਨੇ, ਹਰ ਸ਼ੈ ਕਿੱਲੇ ਤੇ ਹੀ ਲੈ ਰਹੀ ਏ। ਅੱਛਾ, ਜਿਹੜੇ ਬੋਲਦੇ ਵੀ ਨਹੀਂ, ਬੋਲ ਵੀ ਨਹੀਂ ਸਕਦੇ, ਮੌਲਾ ਦਾ ਇੱਕ ਪੂਰਾ ਖੁਤਬਾ ਇਸ ਕਾਂ ਉੱਤੇ, ਕੱਵੇ ਉੱਤੇ ਪੂਰਾ ਖੁਤਬਾ ਹੈ ਮੌਲਾ ਦਾ, ਬਈ ਇਸ ਤੋਂ ਹੀ ਸਿੱਖ ਲਓ ਵੀ ਜੀਣਾ ਕਿਵੇਂ। ਇਨਸਾਨ ਅਜੇ ਸੁੱਤਾ ਪਿਆ ਹੁੰਦਾ ਹੈ, ਹੁਣ ਤਾਂ ਜਿਹੜੀ ਹਾਲਤ ਦੁਨੀਆਂ ਦੇ ਸੌਣ ਦੀ ਹੋ ਗਈ ਹੈ, ਮੈਂ ਆਦਾਂ ਮੁਲਕ ਸੁੱਤੇ ਪਏ ਹੁੰਦੇ ਨੇ, ਬਰ ਆਜ਼ਮ ਸੁੱਤੇ ਪਏ ਹੁੰਦੇ ਨੇ, ਤੋ ਇਹ ਰੱਬ ਦੀ ਤਸਬੀਹ ਪੜ ਰਹੇ ਹੁੰਦੇ ਨੇ। ਰੱਬ ਦੇ ਕਰਮ ਦਾ ਨਾਂ ਸਿਹਤ ਹੀ, ਰੱਬ ਦੇ ਦੌਲਤ ਜ਼ਰੂਰੀ ਏ, ਰਿਜ਼ਕ ਜ਼ਰੂਰੀ ਏ, ਪਰ ਕਿਸੇ ਵੰਡ ਨਾਲ, ਕਿਸੇ ਹਿਸਾਬ ਨਾਲ ਰਿਜ਼ਕ ਦੇ ਬੰਦਾ ਪਿੱਛੇ ਹੀ ਨਾ ਪੈ ਜਾਵੇ, ਬਈ ਏਡਾ ਦੂਰ ਆ ਜਾਵੇ ਵੀ ਤੇਰੇ ਕਰੀਬ ਆਣਾ ਰਿਜ਼ਕ ਪਸੰਦ ਹੀ ਨਾ ਕਰੇ। ਰਿਜ਼ਕ ਦੇ ਪਿੱਛੇ ਨਹੀਂ ਲੱਗਣਾ, ਜਿਹੜਾ ਮੁਕੱਦਰ ਏ ਉਹ ਜ਼ਰੂਰ ਆਏਗਾ। ਰਿਜ਼ਕ ਉੱਥੋਂ ਆਉਂਦਾ ਹੈ ਜਿੱਥੋਂ ਮੌਤ ਆਉਂਦੀ ਏ, ਮੌਤ ਤਾਂ ਆਉਂਦੀ ਏ ਜੇ ਅਮਰ ਹੋਵੇ, ਤੇ ਅਮਰ ਤਾਂ ਹੁੰਦਾ ਜੇ ਉਲੇਲ ਅਮਰ ਇਮਾਮ ਅਲੀ ਅਬਨ ਅਬੀ ਤਾਲਿਬ।